ਦੋਸਤੋ ਮੈਂ ਸਿਮਰਨ ਕਲੇਰ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਪੰਜਾਬ ਡਾਇਰੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪ੍ਰੋਗਰਾਮ ਪੰਜਾਬ ਡਾਇਰੀ ਵਿੱਚ ਅਸੀਂ ਪੰਜਾਬ ਦੇ ਭਖਵੇਂ ਮੁੱਦਿਆਂ ਤੁਹਾਡੇ ਸਾਹਮਣੇ ਰੱਖਦੇ ਹਾਂ, ਤੁਹਾਡੇ ਨਾਲ ਉਹ ਸ਼ੇਅਰ ਕਰਦੇ ਹਾਂ। ਅਸੀਂ ਦੱਸਦੇ ਹਾਂ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈ ਖਾਸ। ਇਸ ਵਾਰ ਜੋ ਸਾਡੇ ਨਾਲ ਸ਼ਖਸੀਅਤ ਮੌਜੂਦ ਨੇ ਉਹ ਨੇ ਮੇਘਰਾਜ ਮਿੱਤਰ ਜੀ। ਮੇਘਰਾਜ ਮਿੱਤਰ ਜੀ ਦਾ ਪੰਜਾਬ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਇੱਕ ਤਰਕਸ਼ੀਲ ਸੁਸਾਇਟੀ ਰਾਹੀਂ। ਤਰਕਸ਼ੀਲ ਸੁਸਾਇਟੀ ਨੇ ਪੰਜਾਬ ਨੂੰ ਜਾਗਰੂਕ ਕੀਤਾ ਹੈ, ਪੰਜਾਬ ਨੂੰ ਦੱਸਿਆ ਹੈ ਕਿ ਵਹਿਮ ਭਰਮਾਂ ਤੋਂ ਬਚਿਆ ਕਿਸ ਤਰ੍ਹਾਂ ਜਾਇਆ ਜਾ ਸਕਦਾ ਹੈ। ਪਖੰਡੀ ਬਾਬਿਆਂ ਤੋਂ ਵੀ ਤਰਕਸ਼ੀਲ ਸੁਸਾਇਟੀ ਹੈ ਜਿਹੜੀ ਉਹ ਅਵੇਅਰ ਕਰਦੀ ਰਹਿੰਦੀ ਹੈ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਤਰਕਸ਼ੀਲ ਸੁਸਾਇਟੀ ਨੂੰ ਸ਼ੁਰੂ ਕਰਨ ਦਾ ਜਿਹੜਾ ਉਹਨਾਂ ਦਾ ਆਈਡੀਆ ਹੈ ਉਹ ਕਿਵੇਂ ਹੋਇਆ, ਅਤੇ ਹੋਰ ਵੀ ਕਈ ਗੱਲਾਂ ਬਾਤਾਂ ਕਰਾਂਗੇ ਕਿਸ ਢੰਗ ਨਾਲ ਉਹ ਟ੍ਰੀਟ ਕਰਦੇ ਨੇ ਆਪਦੇ ਜੋ ਉਹਨਾਂ ਕੋਲ ਕੇਸਿਸ ਆਉਂਦੇ ਨੇ। ਮੇਰੀ ਮੁਰਾਦ ਮੇਘਰਾਜ ਮਿੱਤਰ ਜੀ ਨੂੰ ਕਲੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਕਲੇਰ ਸਾਹਿਬ ਜੀ, ਕਲੇਰ ਸਾਹਿਬ 84 ਦੀ ਗੱਲ ਹੈ, 1984 ਦੇ ਵਿੱਚ ਮੈਨੂੰ ਇੱਕ ਕਿਤਾਬ ਮਿਲੀ ਸੀ ਜਿਹੜੀ ਸ਼੍ਰੀਲੰਕਾ ਦੇ ਡਾਕਟਰ ਕਾਵੂਰ ਦੀ ਲਿਖੀ ਹੋਈ ਸੀ। ਉਹਦਾ ਇੰਗਲਿਸ਼ ਦੇ ਵਿੱਚ ਨਾਂ ਸੀ ਦੀ ਗੋਂਗ ਗੋਡਮੈਨ। ਮੈਂ ਉਹ ਕਿਤਾਬ ਪੜ੍ਹੀ, ਮੈਨੂੰ ਉਹ ਕਿਤਾਬ ਬਹੁਤ ਵਧੀਆ ਲੱਗੀ। ਜਿਵੇਂ ਹੁੰਦਾ ਵੀ ਆਪਾਂ ਵਧੀਆ ਕਿਤਾਬਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਰਿਕਮੈਂਡ ਕਰਦੇ ਹਾਂ ਵੀ ਪੜ੍ਹੋ, ਮੈਂ ਵੀ ਉਹ ਆਪਣੇ ਇੱਕ ਦੋਸਤ ਨੂੰ ਰਿਕਮੈਂਡ ਕੀਤੀ ਵੀ ਤੂੰ ਇਹ ਕਿਤਾਬ ਪੜ੍ਹ। ਉਹ ਕਿਤਾਬ ਪੜ੍ਹ ਕੇ ਆਇਆ, 2-3 ਦਿਨਾਂ ਬਾਅਦ ਉਹ ਕਹਿਣ ਲੱਗਿਆ ਕਿ ਮੈਨੂੰ ਇਹ ਕਿਤਾਬ ਪੰਜਾਬੀ ਵਿੱਚ ਚਾਹੀਦੀ ਹੈ, ਮੈਂ 500 ਰੁਪਇਆ ਖਰਚ ਕਰ ਸਕਦਾ। ਉਸ ਅਧਿਆਪਕ ਦੇ ਉੱਪਰ ਮੈਨੂੰ ਇੱਕ ਸ਼ਰਧਾ ਜੀ ਬਣੀ ਗਈ ਸੀ, ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਗੱਲਾਂ ਬਹੁਤ ਕੈਲਕੂਲੇਟ ਕਰਦਾ ਸੀ। ਲੋਕ ਉਹਦੇ ਬਾਰੇ ਆਮ ਤੌਰ 'ਤੇ ਇਹ ਕਹਿੰਦੇ ਸੀ ਇਹ ਬਾਲ ਦੀ ਖੱਲ ਲਾਉਂਦਾ ਹੈ, ਇਹ ਖੁਦੋ ਦੀਆਂ ਲੀਰਾਂ ਕੱਢੀ ਜਾਂਦਾ। ਇਸ ਕਿਸ ਨੇ ਸੀ, ਇੱਕ ਵਾਰ ਉਹਨੇ ਆਪਣਾ ਘਰ ਬਣਾਉਣਾ ਸੀ ਤਾਂ 18 ਪੱਠਿਆਂ ਦੀ ਇੱਕ ਇੱਕ ਚੱਕ ਕੇ ਮੇਰੇ ਕੋਲ ਲੈ ਆਇਆ। ਕਹਿਣ ਲੱਗਿਆ ਇਹਦਾ ਭਾਰ ਤੋਲੋ, ਇਹਦਾ ਆਕਾਰ ਮਾਪੋ ਅਤੇ ਮੈਨੂੰ ਦੱਸੋ ਸਭ ਤੋਂ ਵਧੀਆ ਇੱਟ ਕਿਹੜੀ ਹੈ। ਮੈਂ ਕਿਹਾ ਵੀ ਤੁਸੀਂ ਕੀ ਕਰਨੀ ਆ? ਉਹ ਕਹਿਣ ਲੱਗਿਆ ਵੀ ਮੈਂ ਆਪਣਾ ਮਕਾਨ ਬਣਾਉਣਾ ਅਤੇ ਉਹਦੇ 60 ਵਰੇ ਰਹਿਣਾ, ਅਤੇ ਇਸ ਕਰਕੇ ਮੈਂ ਚਾਹੁੰਦਾ ਵੀ ਬੈਸਟ ਇੱਟੀ ਮੇਰੇ ਘਰ ਨੂੰ ਲੱਗੇ। ਅਤੇ ਮੈਂ ਕਿਹਾ ਵੀ ਫਿਰ ਤੁਸੀਂ ਕਹਿੰਦੇ ਹੋ ਵੀ ਮੈਂ ਇਹ ਕਿਤਾਬ 500 ਰੁਪਏ 'ਚ ਖਰੀਦਣ ਨੂੰ ਤਿਆਰ ਹਾਂ, ਤੁਸੀਂ ਇਹ ਕਿਤਾਬ ਤੋਂ ਕੀ ਕਰਾਉਣਾ? ਉਹ ਕਹਿਣ ਲੱਗੇ ਵੀ ਮੈਂ ਇਸ ਕਿਤਾਬ ਤੋਂ 1500 ਰੁਪਏ ਕਮਾਉਣੇ ਨੇ। ਮੈਂ ਕਿਹਾ ਤੁਸੀਂ 1500 ਰੁਪਏ ਕਿਵੇਂ ਕਮਾਓਗੇ? ਤਾਂ ਉਹ ਕਹਿਣ ਲੱਗਿਆ ਮੇਰੀ ਵਾਈਫ ਇੱਕ ਜੋਤਸ਼ੀ ਦੇ ਚੱਕਰ ਵਿੱਚ ਫਸੀ ਹੋਈ ਹੈ, ਜਿਹੜਾ 3 ਸਾਲਾਂ 'ਚ 3000 ਰੁਪਇਆ ਮੇਰੇ ਘਰੋਂ ਲੁੱਟ ਕੇ ਲੈ ਕੇ ਜਾ ਚੁੱਕਿਆ। 2 ਸਾਲ ਦੇ ਉਹਨੇ ਉਪਾਅ ਦੱਸੇ ਹੋਏ ਨੇ। ਉਪਾਅ ਦਾ ਮਤਲਬ ਕੀ ਹੈਗਾ ਵੀ 2 ਸਾਲ ਮੇਰੇ ਘਰ ਵਿੱਚ ਰਹੂਗਾ, ਉਹ 2000 ਰੁਪਇਆ ਮੇਰੇ ਘਰ ਦੇ ਚੋਂ ਲੈ ਕੇ ਜਾਊਗਾ। ਜੇ ਮੈਂ 500 ਰੁਪਇਆ ਖਰਚ ਕਰਕੇ ਵੀ ਇੱਕ ਕਿਤਾਬ ਦੀ ਘਰ ਵਾਲੇ ਨੂੰ ਪੜ੍ਹਾ ਦੇਵਾਂ ਤਾਂ 1500 ਰੁਪਇਆ ਮੈਂ ਕਮਾਊਂਗਾ ਕਿ ਨਹੀਂ? ਮੈਨੂੰ ਉਹਦੀ ਇਹ ਗੱਲ ਅਪੀਲ ਕਰ ਗਈ ਕਿ ਜੇ ਇੱਕ ਅਧਿਆਪਕ ਦੀ ਘਰ ਵਾਲੇ ਨੂੰ ਆਉਂਦਾ ਸਾਸਾਂ 'ਚੋਂ ਕੱਢਣ ਲਈ, ਇੱਕ ਕਿਤਾਬ ਦਾ ਸਹਾਰਾ ਲੈ ਸਕਦਾ, ਸਾਡੇ ਤਾਂ ਲੱਖਾਂ ਭੈਣ ਭਰਾ ਇਸ ਦਲਦਲ ਵਿੱਚ ਖੁੱਭੇ ਹੋਏ ਨੇ, ਕਿਉਂ ਨਾ ਆਪਾਂ ਉਹਨਾਂ ਨੂੰ ਕੱਢੀਏ? ਇਹ ਸੋਚ ਕੇ ਮੈਂ ਉਸ ਕਿਤਾਬ ਦਾ ਅਨੁਵਾਦ ਕਰਨਾ ਸ਼ੁਰੂ ਕਰਤਾ। ਜਦੋਂ ਕਿਤਾਬ ਛਪ ਕੇ ਆਈ, ਕਿਤਾਬ ਦੇ ਉੱਪਰ ਮੇਰਾ ਐਡਰੈਸ ਸੀ, ਲੋਕਾਂ ਨੇ ਜਿਹਦੀਆਂ ਕੋਈ ਸਮੱਸਿਆਵਾਂ ਸੀ, ਕਿਸੇ ਦੇ ਘਰ 'ਚ ਅੱਗਾਂ ਲੱਗਦੀਆਂ ਸੀ, ਕਿਸੇ ਦੇ ਘਰ 'ਚ ਕਸਰ ਹੁੰਦੀ ਸੀ, ਉਹ ਮੇਰੇ ਘਰ ਨੂੰ ਆਉਣ ਲੱਗ ਪਏ। ਇੱਕ ਪਾਸੇ ਸਾਧ ਸੰਤਾਂ ਨੂੰ ਭਜਾਉਣ ਵਾਲੇ ਲੋਕ ਮੇਰੇ ਕੋਲ ਆਉਣ ਲੱਗ ਪਏ। ਇਸ ਤਰ੍ਹਾਂ ਮੇਰਾ ਘਰ ਇੱਕ ਸਟੇਜ ਬਣ ਗਿਆ ਜਿਹਦੇ ਉੱਪਰ ਇਹ ਸਾਰੀ ਭੂਮਿਕਾ ਅਦਾ ਕੀਤੀ ਜਾ ਰਹੀ। ਅੱਛਾ, ਤਰਕਸ਼ੀਲ ਸੁਸਾਇਟੀ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ, ਕਿੰਨੇ ਕੁ ਕੇਸ ਤੁਹਾਡੇ ਹਿਸਾਬ ਨਾਲ ਤਰਕਸ਼ੀਲ ਸੁਸਾਇਟੀ ਨੇ ਜਿਹੜੇ ਉਹ ਆ ਨਜਿੱਠੇ ਹੋਣੇ ਆ, ਠੀਕ ਕਰੇ ਹੋਣੇ ਆ? ਹਾਂਜੀ ਕਲੇਰ ਸਾਹਿਬ, ਅਸੀਂ ਪਿਛਲੇ 26 ਵਰਿਆਂ ਦੇ ਵਿੱਚ ਲਗਭਗ 45,000 ਦੇ ਕਰੀਬ ਅਜਿਹੇ ਕੇਸ ਹੱਲ ਕਰ ਚੁੱਕੇ ਹਾਂ ਜੀ,
ਜਿਨ੍ਹਾਂ 'ਚ ਕਸਰਾਂ ਹੁੰਦੀਆਂ ਸੀ ਲੋਕਾਂ ਨੂੰ, ਅਤੇ 300 ਤੋਂ ਉੱਪਰ ਅਸੀਂ ਅਜਿਹੇ ਕੇਸ ਸੋਲਵ ਕੀਤੇ ਨੇ ਜਿਨ੍ਹਾਂ 'ਚ ਘਰਾਂ 'ਚ ਘਟਨਾਵਾਂ ਵਾਪਰਦੀਆਂ ਸੀ। ਤੁਸੀਂ ਸੋਚੋਗੇ ਵੀ ਮੈਂ ਸ਼ਾਇਦ ਇਹ ਗੱਲ ਵਧਾ ਕੇ ਕਹਿ ਰਿਹਾ, ਪਰ ਨਹੀਂ, ਸਾਡੀ ਸੁਸਾਇਟੀ ਦੇ ਸੈਂਕੜੇ ਯੂਨਿਟ ਪੰਜਾਬ ਦੇ ਸ਼ਹਿਰਾਂ ਕਸਬਿਆਂ 'ਚ ਕੰਮ ਕਰਦੇ ਰਹੇ ਨੇ। ਉਹ ਹਰ ਐਤਵਾਰ ਨੂੰ ਉੱਥੇ ਆਪਣੇ ਕੈਂਪ ਲਾਉਂਦੇ ਹੁੰਦੇ ਸੀ ਅਤੇ ਉਹਨਾਂ ਕੈਂਪਾਂ 'ਚ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚਦੇ ਹੁੰਦੇ ਸੀ, ਅਤੇ ਇਸ ਤਰ੍ਹਾਂ ਇਹ ਕੇਸ ਜਿਹੜੇ ਸੋਲਵ ਕੀਤੇ ਜਾ ਰਹੇ ਨੇ। ਬਹੁਤ ਖੂਬ। ਅੱਛਾ, ਕਿਸ ਤਰ੍ਹਾਂ ਦੇ ਕੇਸਿਸ ਆਉਂਦੇ ਆ ਜਿਹੜੇ ਮੋਸਟਲੀ ਤੁਸੀਂ ਇੱਕ ਜਨਰਲਾਈਜ਼ ਹੁੰਦਾ ਨਾ ਵੀ ਬਣਿਆ ਹੁੰਦਾ ਵਾ ਵੀ ਇਸ ਤਰ੍ਹਾਂ ਦੇ ਜ਼ਿਆਦਾ ਕੇਸ ਆਉਂਦੇ ਹੈਗੇ ਆ ਜਿਹਨਾਂ ਨੂੰ ਸੋਲਵ ਕਰਨਾ ਪੈਂਦਾ ਹੈ? ਹਾਂ, ਕਲੀਅਰ ਸਾਹਿਬ, ਸਾਡੇ ਕੋਲ ਕੇਸ ਹੈ ਜਿਹੜੇ ਪਹਿਲੀ ਪੱਧਰ ਦੇ ਉੱਪਰ ਜਿਹੜੇ ਆਏ ਉਹ ਆਮ ਤੌਰ 'ਤੇ ਲੋਕਾਂ ਨੂੰ ਕਸਰਾਂ ਹੁੰਦੀਆਂ ਸੀ। ਆਮ ਤੌਰ 'ਤੇ 99% ਉਹਨਾਂ 'ਚ ਇਸ ਤਰ੍ਹਾਂ ਹੀ ਹੁੰਦੀਆਂ ਸੀ ਜਿਹਨਾਂ ਨੂੰ ਕਸਰਾਂ ਹੁੰਦੀਆਂ ਸੀ, ਅਤੇ ਉਹਨਾਂ ਨੂੰ ਅਸੀਂ ਸੋਲਵ ਕਰਦੇ ਰਹੇ ਹਾਂ। ਅਤੇ ਅਸੀਂ ਜਿਹੜੇ ਕੇਸਿਸ ਸੋਲਵ ਕੀਤੇ ਨੇ ਉਹ ਕਿਉਂਕਿ ਜਿਹੜੇ ਲੋਕ ਆਉਂਦੇ ਸੀ ਉਹਨਾਂ ਦਾ ਭੂਤਾਂ ਪ੍ਰੇਤਾਂ ਦੇ ਵਿੱਚ ਯਕੀਨ ਹੁੰਦਾ, ਵਿਸ਼ਵਾਸ ਹੁੰਦਾ, ਭੂਤਾਂ ਪ੍ਰੇਤਾਂ ਨੂੰ ਮੰਨਦੇ ਹੁੰਦੇ ਨੇ, ਪਰਿਵਾਰ ਵਿੱਚ ਇਸ ਤਰ੍ਹਾਂ ਦੀ ਵਾਤਾਵਰਨ ਮਿਲਿਆ ਹੋਇਆ ਹੁੰਦਾ ਉਹਨਾਂ ਨੂੰ, ਆਂਢ ਗੁਆਂਢ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਵਾਤਾਵਰਨ ਮਿਲ ਜਾਂਦਾ ਜਿਹਦੇ 'ਚ ਉਹ ਭੂਤਾਂ ਪ੍ਰੇਤਾਂ ਨੂੰ ਯਕੀਨ ਕਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਆਪਣੀ ਕੋਈ ਸਮੱਸਿਆ ਹੁੰਦੀ ਆ ਉਹਨਾਂ ਦੀ ਨਾਲ, ਇਹਦੇ 'ਚ ਅਸੀਂ ਕੀ ਕਰਦੇ ਹਾਂ, ਅਸੀਂ ਦੋ ਪੱਖਾਂ ਨਾਲ ਅਜਿਹੇ ਕੇਸਾਂ ਨੂੰ ਸੋਲਵ ਕਰਦੇ ਹਾਂ। ਇੱਕ ਪੱਖ ਸਾਡਾ ਇਹ ਹੁੰਦਾ ਵੀ ਅਸੀਂ ਉਹਦੀ ਸਮੱਸਿਆ ਸਮਝਣ ਦਾ ਯਤਨ ਕਰਦੇ ਹਾਂ ਵੀ ਇਸਤਰੀ ਹੈ ਜਿਹੜੀ ਉਹਦੀ ਸਮੱਸਿਆ ਕੀ ਆ। ਸੈਕਿੰਡ ਸਮੱਸਿਆ ਦਾ ਕੋਈ ਬਦਲਵਾਂ ਪ੍ਰਬੰਧ ਵੀ ਦੱਸਦੇ ਹਾਂ ਅਸੀਂ ਉਹਨੂੰ। ਸੈਕਿੰਡ ਪੱਧਰ ਦੇ ਉੱਪਰ ਅਸੀਂ ਉਹਦਾ ਵਿਸ਼ਵਾਸ ਹੈ ਜਿਹੜਾ ਭੂਤਾਂ ਪ੍ਰੇਤਾਂ ਤੋਂ ਚੱਕ ਦਿੰਦੇ ਹਾਂ। ਉਹਦੇ ਲਈ ਸਾਡੇ ਕੋਲ ਸਾਡਾ ਲਿਟਰੇਚਰ ਹੈ, ਸੈਂਕੜੇ ਕਿਤਾਬਾਂ ਸਤਰਕਸੀ ਸੁਸਾਇਟੀ ਨੇ ਹੁਣ ਤੱਕ ਲੋਕਾਂ 'ਚ ਲੈ ਕੇ ਗਈ ਹੈ, ਅਤੇ 26 ਵਰ੍ਹਿਆਂ 'ਚੋਂ ਬਹੁਤ ਸਾਰੇ ਰਾਈਟਰ ਵੀ ਪੈਦਾ ਕੀਤੇ ਨੇ ਅਸੀਂ, ਅਤੇ ਜਿਹੜੇ ਕਿਤਾਬਾਂ ਲਿਖ ਰਹੇ ਨੇ, ਅਤੇ ਮੈਂ ਖੁਦ ਵੀ 26 ਕਿਤਾਬਾਂ ਲਿਖੀਆਂ ਨੇ ਇਹਨਾਂ ਵਿਸ਼ਿਆਂ ਨਾਲ ਜਿਹੜੀਆਂ ਪੰਜਾਬ ਦੇ ਸਾਰੇ ਪਿੰਡਾਂ 'ਚ ਬਹੁਤ ਪਾਪੂਲਰ ਹੋਈਆਂ ਨੇ। ਕਲੀਅਰ ਸਾਹਿਬ, ਮੈਂ ਤੁਹਾਨੂੰ ਇੱਕ ਦੋ ਉਦਾਹਰਨਾਂ ਵੀ ਦੇਣਾ ਚਾਹੁੰਦਾ, ਬੜੇ ਇੰਟਰਸਟਿੰਗ ਕੇਸ ਸੀ। ਨਹੀਂ, ਬਹੁਤ ਖੂਬ ਗੱਲ ਹੈ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ, ਛੋਟੀ ਜਿਹੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਜਿਹੜੀਆਂ ਇਹ ਉਦਾਹਰਨਾਂ ਨੇ ਇਹ ਸਾਡੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਜ਼ਰੂਰ ਦੱਸਾਂਗੇ। ਅੱਛਾ।